ਲੁਧਿਆਣਾ ਗੈਂਗ ਰੇਪ ਮਾਮਲੇ ਚ ਪੰਜਾਬ ਪੁਲਿਸ ਵੱਲੋਂ ਬਰੀਕੀ ਨਾਲ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅੱਜ ਤੋਂ ਬਾਅਦ ਸਰਦਾਰ ਜੀ ਬਲਾਤਕਾਰ ਕਰਨਾ ਤਾਂ ਦੂਰ ਦੀ ਗੱਲ, ਇਹ ਕਿਸੇ ਕੁੜੀ ਕਹਿੰਦੀ ਝਾਕਣ ਦੇ ਲਾਇਕ ਵੀ ਨਹੀਂ ਛੱਡੂ। ਜਦ ਜੇਲ ਜਾਏਗਾ ਨਾ ਪਤਾ ਤਾਂ ਤੁਹਾਨੂੰ ਉੱਥੇ ਲੱਗਣਾ ਕੱਲਾ ਕੱਲਾ ਕੈਦੀ ਤੁਹਾਡੇ ਵਰਗੇ ਬਲਾਤਕਾਰੀਆਂ ਦਾ ਉਹ ਹਾਲ ਕਰਦੇ ਨੇ ਤੇ ਪੁੱਤ ਅਸੀਂ ਤਾਂ ਕਿਹਾ ਹੀ ਕੁਛ ਨਹੀਂ ਹਜੇ ਤੁਹਾਨੂੰ ਬਗੇਰ ਸਿਆ ਪੰਨੂ ਸਿਆ ਦਸ ਮਿੰਟ ਬਾਅਦ ਇਹਨਾਂ ਨੂੰ ਕੁੱਟਣਾ ਸ਼ੁਰੂ ਕਰ ਇਹਨਾਂ ਦੇ ਹੱਡਾਂ ਦੇ ਵਿੱਚ ਰਾਤ ਪਾ ਦੋ ਰਾਤ ਸਰਦਾਰ ਜੀ ਲੱਗੇ ਰਹੋ ਟੈਨਸ਼ਨ ਨਾ ਲਓ ਲੱਗੇ ਰਹੋ ਇਹ ਜ਼ਿੰਮੇਵਾਰੀ ਮੇਰੀ ਆ ਚਲੋ ਪੰਨੂਆ ਫਿਰ ਆਉਂਦੇ ਹਾਂ ਕੰਮ ਲੈ ਕੇ ਆਉਂਦੇ ਹਾਂ ਪਤਾ ਕਰਦੇ ਆ ਕੇ ਥੋੜੀ ਸਰਬਤ ਪੇਰ ਮੰਮੀ ਆਪਾਂ ਚੱਲਦੇ ਆ ਰਹੋ ਮੈਂ ਨਹੀਂ ਮਿਲਣਾ ਵੀਰੇ ਨੂੰ ਮਾਤਾ ਤੁਸੀਂ ਬੈਠੇ ਹੋ ਇੱਥੇ ਪੁੱਤ ਮੈਂ ਆਪਣੇ ਪੁੱਤ ਨੂੰ ਮਿਲਣ ਲੱਗੀ ਹਾਂ ਆਪਣੇ ਪੁੱਤ ਨੂੰ ਨਾ ਤੁਹਾਡਾ ਕਿਹੜਾ ਪੁੱਤ ਹੈ ਇੱਥੇ ਆ ਜਿਹੜੇ ਤੁਸੀਂ ਹੁਣੇ ਫੜ ਕੇ ਲੈ ਕੇ ਆ ਬਲਾਤਕਾਰੀ ਆ ਤੁਹਾਡੇ ਪੁੱਤ ਨੇ ਕੋਈ ਨਾ ਬੈਠੋ ਕਰਦਾ ਮੈਂ ਸਾਹਿਬ ਨਾਲ ਗੱਲ ਨਾਲ ਆ ਜਿਹੜੇ ਆਪਾਂ ਮੁੰਡੇ ਫੜ ਕੇ ਲਿਆਏ ਨਾ ਆ ਬਲਾਤਕਾਰ ਕੇਸ 'ਚ ਆ ਉਹਨਾਂ ਦੇ ਮਾਤਾ ਆਏ ਨੇ ਇੱਕ ਛੋਟੀ ਜਿਹੀ ਗੁੜੀਆ ਨਾਲ ਉਹਦੀ ਭੈਣ ਕਹਿੰਦੇ ਅਸੀਂ ਮਿਲਣਾ ਹੈ ਇਹਨਾਂ ਦੇ ਨਾ ਇਹਨਾਂ ਨੂੰ ਨਹੀਂ ਪਤਾ ਵੀ ਇਹਨਾਂ ਦੇ ਪੁੱਤ ਕੀ ਗੋਲ ਖਾ ਕੇ ਆਏ ਨੇ ਆ ਕੇ ਪਿੱਛੇ ਹੀ ਛਡਾਉਣ ਉਹ ਇਹਨਾਂ ਇਹੋ ਜਿਹੇ ਮਾਪਿਆਂ ਕਰਕੇ ਤਾਂ ਪੁੱਤ ਵਿਗੜਦੇ ਨੇ ਮੇਰਾ ਤਾਂ ਪੁੱਤ ਚੱਲੇ ਨਾ ਮਾਂ ਇਹਨਾਂ ਦੀ ਜਨਾਬ ਹੁਣ ਕਰੀਏ ਕੀ ਮੇਰੇ ਤਾਂ ਕਾਨੂੰਨ ਨੇ ਹੱਥ ਬੰਨੇ ਹੋਏ ਨੇ ਨਹੀਂ ਤਾਂ ਮੈਂ ਜਾ ਬੁਲਾ ਦੇ ਠੀਕ ਹੈ ਜੈ ਹਿੰਦ ਜਨਾਬ ਓ ਆਇਆ ਦਾ ਤੋ ਤੁਹਾਡੇ ਤੇ ਵਿੱਕੀ ਕਿਹੜਾ ਤੂੰ ਆ ਆਇਆ ਕਰੋ ਤੁਸੀਂ ਤੈਨੇ ਅੰਦਰ ਕਰੋ ਚੱਲ ਅੰਦਰ ਚਲੋ ਅੰਦਰ ਕਰੋ
ਤੇਰੀ ਮਾਤਾ ਤੈਨੂੰ ਮਿਲਣ ਆਈ ਆ। ਉਹ ਬਹਿ ਜਾ ਕਿੱਥੇ ਨੂੰ ਉੱਠਣ ਲੱਗਾ, ਉੱਥੇ ਨੂੰ ਹੋ ਕੇ ਬਹਿ ਜਾ, ਉੱਥੇ ਬੈਠੋਗੇ, ਆਉਂਦੀ ਆ ਤੇਰੀ ਮਾਤਾ। ਨਾਲੇ ਜਾਣਾ ਮੈਨੂੰ ਤਾਂ ਤੇਰੇ ਕੋਲ ਡਰ ਲੱਗਦਾ, ਕਿਤੇ ਤੂੰ ਮੇਰੇ ਨਾਲ ਵੀ ਨਾ ਭੈਣੇ ਨਾ ਮਾਂ 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 ਮੈਨੂੰ ਬਚਾ ਲੈ ਨਾ। ਇਹ ਕੰਮ ਕਰਨ ਲੱਗਿਆ ਤੈਨੂੰ ਸਾਡਾ ਰੱਤਾ ਖਿਆਲ ਨਾ ਆਇਆ, ਅਸੀਂ ਲੋਕਾਂ ਨੂੰ ਕੀ ਮੁੱਦ ਗਾਵਾਂਗੇ ਹੁਣ। ਨਾ ਤੈਨੂੰ ਇੰਨੀ ਅਕਲ ਕੀ ਸੀ, ਮੈਨੂੰ ਇੱਕ ਵਾਰੀ ਕਹਿੰਦਾ ਤਾਂ ਸਹੀ, ਮੈਂ ਤੈਨੂੰ ਜਵਾਬ ਨਾ ਦਿੰਦੀ, ਮੈਂ ਤੈਨੂੰ ਜਵਾਬ ਨਾ ਦਿੰਦੀ, ਮੈਂ ਤੈਨੂੰ ਜਵਾਬ ਨਾ ਦਿੰਦੀ। ਸਿਰਫ 2 ਮਿੰਟ ਦਾ ਸਵਾਦ ਆ, ਸਾਰੀ ਉਮਰ ਦਾ ਰੋਣਾ, ਹੁਣ ਤੁਸੀਂ ਸੋਚਣਾ ਕੀ ਲੈਣਾ।